मेरी हालत बहुत हो गई है प्लीज सर, मेरी मदद कीजिए। फ्लैट नहीं व्यू हो रही सर, मैं इंडिया जाना चाहना, मैं अपना इलाज कराना चाहना। वो कहते पैर सारा खराब, लत बढ़नी पैनी है सर, लत बढ़ के मैं की करूँगा, मेरे बच्चे नहीं मिले बार। अपने चंगे भविख लई पंजाब दे नौजवान अक्सर विदेश दा राह अख्तियार कर लैंदे आ। कईयां दी जिंदगी दा पार लग जांदी है पर कई मुसीबतां विच फस के रह जांदे आ। कुछ इस तरह दा ही वापरिया है गुरदासपुर दे नौजवान जसबीर सिंह नाल, जो गया था कुवैत पैसा कमाउन सी, पर उत्थे जा के बेहद बीमार हो गया। पहलां तां भारत तों भेजी दवाई नाल उसदी सेहत ठीक सी, पर लॉकडाउन होण कारण उसदी दवाई नहीं भेजी जा सकी, जिस कारण हालात एह हो गए हन कि उत्थे दे डाक्टरां ने कहा है कि हुण उन्हां कोल उसदे पैर कट्टण तों अलावा कोई चारा नहीं। ਅਸੀਂ ਆਪਣਾ ਬੇਟਾ ਇੱਧਰ ਮੰਗਾਉਣਾ ਚਾਹੁੰਦੇ ਹਾਂ ਜੀ, ਉਹਦੀ ਲੱਤ ਖਰਾਬ ਹੋ ਗਈ, ਉੱਧਰ ਡਾਕਟਰ ਕਹਿੰਦੇ ਲੱਤ ਕੱਢ ਦੇਣੀ ਆ, ਅਤੇ ਅਸੀਂ ਬੁੱਢਾ ਬਜ਼ੁਰਗ ਮੈਂ ਉਹਦੇ ਦੇਖੇ ਕੰਮ ਦਿੱਤੇ ਜਾਏ, ਛੇਤੀ ਛੇਤੀ ਸਰਕਾਰ ਭੇਜਦੇ ਜੀ, ਇੱਧਰ ਇਲਾਜ ਕਰਾ ਸਕੀਏ। ਹਲੇ ਰਾਤ ਬਹੁਤ ਮਾੜਾ ਦੱਸਦੇ ਆ, ਉਹਨਾਂ ਕੋਲ ਪੁਜਾ ਨਹੀਂ ਜਾਂਦਾ, ਮੇਰੇ ਨਾਲ ਗੱਲ ਨਹੀਂ ਹੋ ਰਹੀ। ਇਹਨਾਂ ਨੂੰ ਕੋਈ 2.5 ਸਾਲ ਹੋ ਗਏ ਜੀ, ਕੇਜੀਐਲ ਕੰਪਨੀ ਵੱਲੋਂ ਗਏ ਜੀ ਡਰਾਈਵਰੀ ਵਿੱਚ, ਅਤੇ ਉੱਥੇ ਜਾ ਕੇ ਇਹਨਾਂ ਦੀ ਇਨਫੈਕਸ਼ਨ ਥੋੜ੍ਹੀ ਜਿਹੀ ਪ੍ਰੋਬਲਮ ਚੱਲ ਗਈ, ਇੱਕ ਲੋਕਡਾਊਨ ਦੀ ਵਜ੍ਹਾ ਕਰਕੇ ਮੈਡੀਸਿਨ ਨਹੀਂ ਪਹੁੰਚੀ ਉਹਨਾਂ ਨੂੰ, ਇਹਦੇ ਵਜ੍ਹਾ ਕਰਕੇ ਲੱਤ ਜ਼ਿਆਦਾ ਖਰਾਬ ਹੋ ਗਈ ਇਹਨਾਂ ਦੀ, ਨਾ ਤਾਂ ਉੱਧਰ ਇਹਨਾਂ ਦਾ ਕੋਈ ਟ੍ਰੀਟਮੈਂਟ ਹੋ ਰਿਹਾ ਜੇ, ਅਤੇ ਸਾਡੀ ਅਪੀਲ ਇਹ ਹੋਇਆ ਕਿ ਜਾਂ ਤਾਂ ਇਹਨਾਂ ਦਾ ਟ੍ਰੀਟਮੈਂਟ ਕਰੋ, ਨਹੀਂ ਕਰਨਾ ਅਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਇੰਡੀਆ ਵਾਪਸ ਭੇਜਿਆ ਜਾਵੇ, ਅਸੀਂ ਇੱਧਰ ਆਪ ਇਲਾਜ ਕਰਵਾ ਲਾਂਗੇ ਇਹਨਾਂ ਕੋਲੋਂ। ਇਸ ਵਕਤ ਹਾਲਾਤ ਬਹੁਤ ਹੀ ਮਾੜਾ ਜੇ ਇਹਨਾਂ ਕੋਲ, ਅਤੇ ਆਪਣੇ ਆਪ ਉੱਠਿਆ ਨਹੀਂ ਜਾ ਰਿਹਾ, ਮੁੰਡੇ ਚੁੱਕ ਕੇ ਇੱਧਰ ਉੱਧਰ ਕਰ ਰਿਹਾ, ਨਾ ਕੁਛ ਖਾ ਰਹੇ ਆ ਨਾ ਪੀ ਰਹੇ ਆ, ਨਾ ਕੋਈ ਮੈਡੀਸਿਨ ਅਵੇਲੇਬਲ ਹੈ ਉਹਨਾਂ ਨੂੰ। ਮੈਡੀਕਲ ਟੀਮ ਉੱਥੋਂ ਦੇ ਡਾਕਟਰ ਤੇ ਕੁਛ ਬੋਲਦੇ ਨਹੀਂ ਪਏ, ਸਿੱਧਾ ਉਹਨਾਂ ਨੇ ਇਹੋ ਬੋਲ ਦਿੱਤਾ ਹੈ, ਲੈ ਕੇ ਗਏ ਸੀ, ਉਹਨਾਂ ਕਹਿ ਰਿਹਾ ਕਿ ਤੁਹਾਡੀ ਲੱਤ ਕੱਟ ਦਿੱਤੀ ਜਾਏਗੀ। ਉਧਰ ਪਿੰਡ ਦੇ ਲੋਕਾਂ ਨੇ ਵੀ ਜਸਬੀਰ ਸਿੰਘ ਦੇ ਪਰਿਵਾਰ ਦੀ ਮਦਦ ਲਈ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਜਸਬੀਰ ਸਿੰਘ ਨੂੰ ਕੁਵੈਤ ਤੋਂ ਜਲਦ ਵਾਪਸ ਲਿਆਂਦਾ ਜਾਵੇ, ਤਾਂ ਜੋ ਉਸਦਾ ਇੱਥੇ ਸਹੀ ਤਰੀਕੇ ਨਾਲ ਇਲਾਜ ਕਰਵਾਇਆ ਜਾ ਸਕੇ। ਇਹਨਾਂ ਦੇ ਹਾਲਾਤ ਬਹੁਤ ਕਮਜ਼ੋਰ ਹੈ ਜੀ, ਜ਼ਮੀਨ ਬਹੁਤ ਘੱਟ ਹੈ, ਤੇ ਆਮਦਨ ਉਸੇ ਬੇਟੇ ਦੀ ਆ ਰਹੀ ਸੀਗੀ, ਤੇ ਇੱਕ ਛੋਟਾ ਜਿਹਾ ਬੇਟਾ ਇੱਕ ਬੇਟੀ ਹੈ, ਉਹਨਾਂ ਦੀ ਰੋਜ਼ੀ ਰੋਟੀ ਖਾਤਰ ਕੁਵੈਤ ਵਿੱਚ ਗਿਆ ਸੀਗਾ, ਤੇ ਹੁਣ ਉਸਨੂੰ ਬਿਮਾਰੀ ਕਾਰਨ ਵਿਚਾਰਾ ਬਹੁਤ ਗੰਭੀਰ ਹਾਲਤ ਵਿੱਚ ਹੈ, ਤੇ ਉਹਨੂੰ ਜਲਦੀ ਤੋਂ ਜਲਦੀ ਸਰਕਾਰ ਇੱਧਰ ਮੰਗਵਾ ਕੇ ਤੇ ਉਸਦਾ ਇਲਾਜ ਕਰਾ ਕੇ ਦੇ। ਫਿਲਹਾਲ ਕੌਮਾਂਤਰੀ ਫਲਾਈਟਾਂ ਸ਼ੁਰੂ ਨਹੀਂ ਹੋਈਆਂ, ਉਮੀਦ ਕੀਤੀ ਜਾ ਰਹੀ ਹੈ ਕਿ ਅਗਸਤ ਤੱਕ ਇਹ ਉਡਾਣਾਂ ਸ਼ੁਰੂ ਹੋ ਜਾਣਗੀਆਂ, ਪਰ ਹੁਣ ਵੇਖਣਾ ਇਹ ਰਹੇਗਾ ਕਿ ਸਰਕਾਰ ਵੱਲੋਂ ਬਿਮਾਰ ਨੌਜਵਾਨ ਦੀ ਵਾਪਸੀ ਲਈ ਕੀ ਉਪਰਾਲੇ ਕੀਤੇ ਜਾਂਦੇ ਹਨ। ਬਿਊਰੋ ਰਿਪੋਰਟ, ਦ ਪੋਲੀਟੀਕਲ ਐਜ।